ਬ੍ਰਿਕ ਤੋਂ ਬਾਤ ਤੁਹਾਡਾ ਸਵਾਗਤ ਹੈ ਤੇ ਹੁਣ ਗੱਲ ਕਰਦੇ ਆ ਪੀਡੀਸੀ ਨਿਊਜ਼ ਦੀ ਖਬਰ ਦੇ ਹੋਏ ਵੱਡੇ ਅਸਰ ਦੀ ਜੀ ਹਾਂ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ ਪਟਿਆਲਾ ਦੇ ਵਿੱਚ ਜਿੱਥੇ ਅਸੀਂ ਹਾਲਾਤ ਦਿਖਾਇਆ ਸੀ ਰਜਿੰਦਰਾ ਹਸਪਤਾਲ ਦੇ ਸ਼ਨੀਵਾਰ ਨੂੰ ਪੂਰੀ ਗਰਾਊਂਡ ਰਿਪੋਰਟ ਵਿਖਾਈ ਸੀ ਅਸੀਂ ਕਿ ਕਿਸ ਤਰ੍ਹਾਂ ਨਾਲ ਰਜਿੰਦਰਾ ਹਸਪਤਾਲ ਬਦਹਾਲੀ ਦੇ ਆਲਮ ਚੋਂ ਲੰਘ ਰਿਹਾ ਤੇ ਇੱਥੇ ਅੱਜ ਮੁੱਖ ਮੰਤਰੀ ਆ ਪਹੁੰਚ ਗਏ ਨੇ ਰਜਿੰਦਰਾ ਹਸਪਤਾਲ ਦੇ ਵਿੱਚ ਅਚਨਚੇਤ ਚੈਕਿੰਗ ਕਰਨ ਦੇ ਲਈ ਸਹਿਤ ਸਹੂਲਤਾਂ ਦਾ ਉਹਨਾਂ ਨੇ ਜਾਇਜ਼ਾ ਲਿਆ ਇੱਥੇ ਆ ਕੇ ਮਰੀਜ਼ਾਂ ਦਾ ਹਾਲਚਾਲ ਵੀ ਮੁੱਖ ਮੰਤਰੀ ਦੇ ਵੱਲੋਂ ਇੱਥੇ ਆ ਕੇ ਜਾਣਿਆ ਗਿਆ ਬਹੁਤ ਵੱਡਾ ਹਸਪਤਾਲ ਹੈ ਇਹ ਰਜਿੰਦਰਾ ਹਸਪਤਾਲ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਪਰ ਇੱਥੇ ਹਾਲਾਤ ਹੁਣ ਬਹੁਤੇ ਚੰਗੇ ਨਹੀਂ ਰਹੇ ਨੇ ਇਹ ਅਸੀਂ ਗਰਾਊਂਡ ਰਿਪੋਰਟ ਦਿਖਾਈ ਸੀ ਹਸਪਤਾਲ ਦੀਆਂ ਕਮੀਆਂ ਨੂੰ ਜਲਦ ਦੂਰ ਕਰਨ ਦੀ ਮੁੱਖ ਮੰਤਰੀ ਨੇ ਗੱਲ ਕਹੀ ਹੈ ਇੱਥੇ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਭਾਵੁਕ ਹੋ ਗਏ ਕੁਝ ਰੋਂਦੇ ਹੋਏ ਵੀ ਨਜ਼ਰ ਆਏ ਕਿ ਇੰਨੇ ਮਾੜੇ ਹਾਲਾਤ ਨੇ ਇੱਥੇ ਪੀਟੀਸੀ ਨਿਊਜ਼ ਨੇ ਗਰਾਊਂਡ ਰਿਪੋਰਟ ਦੇ ਜ਼ਰੀਏ ਹਸਪਤਾਲ ਦੀ ਅਸਲ ਹਕੀਕਤ ਜਿਹੜੀ ਹੈ ਉਹ ਵਿਖਾਈ ਸੀ ਸ਼ਨੀਵਾਰ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਸੀ ਗਰਾਉਂਡ ਰਿਪੋਰਟ ਪੂਰੀ ਦਿਖਾਈ ਸੀ ਤੇ ਹਾਲਾਤ ਦਿਖਾਏ ਸੀ ਕਿ ਕਿੰਨੇ ਮਾੜੇ ਹਾਲਾਤ ਨੇ ਸਰਕਾਰ ਜਾਗੀ ਹੈ ਤੇ ਮੁੱਖ ਮੰਤਰੀ ਆਪ ਐਕਸ਼ਨ ਚਾਏ ਨੇ ਲੋਕਾਂ ਦਾ ਹਾਲਚਾਲ ਜਾਣਨ ਦੇ ਲਈ ਖੁਦ ਗਰਾਉਂਡ ਤੇ ਪਹੁੰਚੇ ਨੇ ਤਾਂ ਸ਼ਨੀਵਾਰ ਨੂੰ ਇਹ ਖਬਰ ਨਸ਼ਰ ਕੀਤੀ ਗਈ ਸੀ ਪੂਰੀ ਗਰਾਉਂਡ ਰਿਪੋਰਟ ਦਿਖਾਈ ਗਈ ਸੀ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸਹੂਲਤਾਂ ਦੇ ਦਾਅਵੇ ਖੋਖਲੇ ਹੋ ਰਹੇ ਨੇ ਕਿਸ ਤਰ੍ਹਾਂ ਮਰੀਜ਼ ਖੱਜਲ ਖੁਆਰ ਹੋ ਰਹੇ ਨੇ ਪੂਰੀ ਇਸ ਦੀ ਸਪੈਸ਼ਲ ਰਿਪੋਰਟ ਦਿਖਾਈ ਸੀ ਇਸ ਦੇ ਉੱਪਰ ਤੇ ਬੁੱਧਵਾਰ ਨੂੰ ਖਬਰ ਦਾ ਅਸਰ ਹੋ ਗਿਆ ਮੁੱਖ ਮੰਤਰੀ ਆ ਪਹੁੰਚੇ ਨੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਲੋਕਾਂ ਨੇ ਵੀ ਹੱਡ ਬੀਤੀ ਸੁਣਾਈ ਹੈ ਕਿ ਕਿੰਨੇ ਦੁਖੀ ਨੇ ਉਹ ਕਿੰਨਾ ਮਾੜੇ ਹਾਲਾਤ ਨੇ ਇਥੇ ਟਰੀਟਮੈਂਟ ਸੰਬੰਧੀ ਜਿੰਨੀਆਂ ਵੀ ਕੋਈ ਦਿੱਕਤਾਂ ਮਰੀਜ਼ਾਂ ਨੂੰ ਇੱਥੇ ਆਉਂਦੀਆਂ ਨੇ ਜਾਂ ਸਾਰੇ ਡਾਕਟਰ ਸਾਹਿਬ ਨੇ ਆਪ ਖੁਦ ਡਾਕਟਰ ਨੇ ਐਮਐਲਏ ਨੇ ਤੇ ਅਸੀਂ ਉਹਨਾਂ ਨੂੰ ਵੀ ਦੱਸਤਾ ਡੀਸੀ ਮੈਡਮ ਵੀ ਨਾਲ ਸੀ ਪ੍ਰਸ਼ਾਸਨ ਨਾਲ ਸੀ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਰਜਿੰਦਰਾ ਹਸਪਤਾਲ ਪਟਿਆਲਾ ਉਹ ਸਿਰਫ ਰੈਫਰੈਂਸ ਸੈਂਟਰ ਬਣ ਜੇ ਕਮੀਆਂ ਸਾਰੀਆਂ ਪੂਰੀਆਂ ਕਰਾਂਗੇ ਆਉਣ ਵਾਲੇ ਦਿਨਾਂ 'ਚ ਰਜਿੰਦਰਾ ਹਸਪੀਟਲ ਨੂੰ ਜਿਹੜੀ ਰਜਿੰਦਰਾ ਹਸਪੀਟਲ ਦੀ ਪਹਿਲਾਂ ਇੱਕ ਠੀਕ ਹੈ ਹਰਜਿੰਦਰਾ ਜਾਣ ਦਾ ਮਤਲਬ ਸੀਗਾ ਕਿ ਵਿਸ਼ਵਾਸ ਹੈ ਕਿ ਇਥੋਂ ਇਥੇ ਸਾਡਾ ਇਲਾਜ ਹੋਊਗਾ ਉਹ ਵਿਸ਼ਵਾਸ ਬਹਾਲ ਕਰਾਂਗੇ ਮੈਡੀਕਲ ਕਾਲਜ ਜਿਹੜਾ ਉਹਦੇ ਬੱਚਿਆਂ ਦੀਆਂ ਵੀ ਦਿੱਕਤਾਂ ਮੈਨੂੰ ਸਟਾਫ ਨਰਸਸ ਵਾਲੇ ਵੀ ਮਿਲੇ ਬ੍ਰਿਟਿਸ਼ ਨਿਊਜ਼ ਦਾ ਇੱਕ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ ਸ਼ਨੀਵਾਰ ਰਾਤ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਅਸੀਂ ਤਰਾਸ ਦੀ ਨਸ਼ਰ ਕੀਤੀ ਸੀ ਅੱਧੇ ਘੰਟੇ ਦਾ ਪ੍ਰੋਗਰਾਮ ਨਹੀਂ ਅਸੀਂ ਲੋਕਾਂ ਨੂੰ ਦੱਸਿਆ ਜਿਵੇਂ ਰੇਂਦਰ ਹਸਪਤਾਲ ਬਿਮਾਰ ਹੈ ਉਥੇ ਕਈ ਥਾਵਾਂ ਤੇ ਯੂਨਿਟਸ ਤੇ ਕਈ ਜੜੀ ਚੀਜ਼ਾਂ ਨੇ ਉੱਚ ਸੁਧਾਰ ਦੀ ਮੰਗ ਕਰਦੇ ਆ ਡਾਕਟਰਾਂ ਦੀ ਕਮੀ ਹੈ ਸਫਾਈ ਸੇਵਕਾਂ ਦੀ ਕਮੀ ਹੈ ਦਰਜਾ 4 ਮੁਲਾਜ਼ਮਾਂ ਦੀ ਕਮੀ ਹੈ ਇੱਥੋਂ ਤੱਕ ਕਿ ਦਵਾਈਆਂ ਵੀ ਮਰੀਜ਼ਾਂ ਨੂੰ ਨਹੀਂ ਮਿਲਦੀਆਂ ਕੁਝ ਖਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਕਿ ਅੱਜ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਚਾਨਕ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਗਿਆ ਕਿਸੇ ਨੂੰ ਵੀ ਇਸ ਦੀ ਪੜਖ ਨਹੀਂ ਕਰਨ ਦਿੱਤੀ ਔਰ ਖੁਦ ਭਗਵੰਤ ਮਾਨ ਮਰੀਜ਼ਾਂ ਨੂੰ ਜਾ ਮਿਲੇ ਔਰ ਉਸੇ ਵੇਲੇ ਡਾਕਟਰਾਂ ਨੂੰ ਹਾਥਾ ਪੈਰਾਂ ਦੀ ਪੈਗੀ ਡਾਕਟਰ ਭੱਜ ਕੇ ਭਗਵੰਤ ਮਾਨ ਦੀ ਅਗਵਾਈ ਕਰਨ ਨੂੰ ਪਹੁੰਚਿਆ ਪ੍ਰਿੰਸੀਪਲ ਡਾਕਟਰ ਅਜੇਂਦਰ ਸਿੰਘ ਤੇ ਹੋਰ ਜਿਹੜੇ ਅਫਸਰ ਹੈਗੇ ਨੇ ਉੱਥੇ ਪਹੁੰਚੇ ਨੇ ਖੁਦ ਭਗਵੰਤ ਮਾਨ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਔਰਤ ਮਰੀਜ਼ਾਂ ਨਾਲ ਗੱਲਬਾਤ ਕੀਤੀ ਕੀ ਉਹਨਾਂ ਨੂੰ ਦੁੱਖ ਤਕਲੀਫ ਹੈ ਮੈਡੀਕਲ ਸੁਪਰਡੈਂਟ ਜਿਹੜਾ ਅੱਜ ਕੱਲ ਕਿਤੇ ਸੀ ਹਰਨਾਮ ਸਿੰਘ ਰੱਖੇ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ 25 ਲੱਖ ਦਾ ਬਜਟ ਜਿਹੜਾ ਐਮਰਜੈਂਸੀ ਦਵਾਈਆਂ ਐਮਰਜੈਂਸੀ ਚਲਾਉਣ ਵਾਸਤੇ ਦਿੱਤਾ ਗਿਆ ਪਰ ਐਨ ਜੀਓਜ਼ ਜਿਹੜੇ ਨੇ ਉਹ ਇਲਜ਼ਾਮ ਲਗਾਉਂਦੇ ਨੇ ਕਿ ਐ ਐਮਰਜੈਂਸੀ ਲਈ ਦਵਾਈਆਂ ਲਈ ਉੱਥੇ ਨਹੀਂ ਹੈਗੀਆਂ ਸਿਰਿੰਜ ਔਰ ਪੱਟੀ ਲਈ ਵੀ ਬਾਹਰ ਜਾਣਾ ਪੈਂਦਾ ਔਰ ਜਿਹੜੀਆਂ ਓ ਪੀ ਡੀ ਅਤੇ ਵਾਰਡ ਦੇ ਮਰੀਜ਼ ਹੈਗੇ ਨੇ ਉਹਨਾਂ ਲਈ ਦਵਾਈਆਂ ਵੀ ਬਾਰੋਂ ਖਰੀਦਨੇ ਪੈਂਦੀਆਂ ਨੇ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਦੀ ਪਰਚੀ ਉੱਤੇ ਨਹੀਂ ਹੈ ਜਿਸ ਸਟੈਂਪ ਲਗਾਈ ਜਾਂਦੀ ਆ ਸੀ ਪੀਟੀਸੀ ਨਿਊਜ਼ ਤੇ ਖਬਰ ਨਸ਼ਰ ਕੀਤੀ ਸੀ ਔਰ ਵਕ ਵਕ ਆਪਾ ਵਾਕ ਆਫ ਲਾਈਵ ਜਿਹੜੇ ਰਿੰਦਰਾਸਨ ਹਸਪਤਲ ਨਾਲ ਸੰਬੰਧ ਉਹਨਾਂ ਨਾਲ ਗੱਲਬਾਤ ਵੀ ਕੀਤੀ ਭਗਵੰਤ ਸਿੰਘ ਬਾਦ ਮੋਲੋਂ ਅੱਜ ਰਿੰਦਰਾਸਤਾਲ ਪਟਿਆਲਾ ਦਾ ਦੌਰਾ ਕੀਤਾ ਗਿਆ ਤਾਂ ਇਹ ਉਮੀਦ ਜਤਾਈ ਜਾਂਦੀ ਹੈ ਕਿ ਪੀਟੀਸੀ ਨਿਊਜ਼ ਦੀ ਖਬਰ ਦੇਖਣ ਤੋਂ ਬਾਅਦ ਭਗਵੰਤ ਸਿੰਘ ਬਾਦ ਜਾਗੇ ਨੇ ਖੁਦ ਚੱਲ ਕੇ ਇੱਥੇ ਆਏ ਨੇ ਭਾਵੇਂ ਕਿ ਉਹਨਾਂ ਦੇ ਮਾਤਾ ਉਹ ਵੀ ਇੱਕ ਦੋ ਵਾਰੀ ਇੱਥੇ ਜਾਇਜ਼ਾ ਲੈ ਚੁੱਕੇ ਨੇ ਹਸਪਤਲ ਦੇ ਆ ਚੁੱਕੇ ਨੇ ਪਰ ਅੱਜ ਭਗਵਾਨ ਸਿੰਘ ਵਨ ਖੋਦ ਚੱਲ ਕੇ ਆਏ ਨੇ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਰੇਂਦਰ ਸਾਹਿਬ ਦੀ ਜਿਹੜੀ ਹਾਲਤ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਉਸੇ ਸੁਧਾਰ ਹੋ ਜਾਏਗਾ। ਕੈਮਰਾਮੈਨ ਰਵੀ ਚੱਪਲ ਦੇ ਨਾਲ ਗਗਨਦੀਪ ਉਹ ਜਾ ਪੀਟੀਸੀ న్యూਸ ਪਟਿਆਲਾ। ਇਥੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲੁਕ ਦਿਆਂ। ਬ੍ਰੇਕ ਤੋਂ ਬਾਅਦ ਗੱਲ ਕਾਂਗਰਸ ਦੇ ਪ੍ਰਧਾਨ ਦੀ ਵੀ ਕਰਾਂਗੇ ਜੋ ਕਿ ਜਿਹੜਾ ਹੁਣ ਬਹੁਤ ਇੱਕ ਲੰਮੇ ਅਰਸੇ ਬਾਅਦ ਕਾਂਗਰਸ ਦੇ ਜਿਹੜਾ ਪ੍ਰਧਾਨ ਹੈ ਉਹ ਗਾਂਧੀ ਪਰਿਵਾਰ ਤੋਂ ਬਾਹਰ ਦਾ ਨਿਕਲਿਆ ਤੇ ਹੁਣ ਇਸ ਨੂੰ ਲੈ ਕੇ ਪੰਜਾਬ 'ਚ ਕਿਸ ਤਰ੍ਹਾਂ ਦੇ ਰਿਐਕਸ਼ਨ ਆ ਰਹੇ ਨੇ ਕਿਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਇਹ ਵੀ ਤੁਹਾਨੂੰ ਦੱਸਾਂਗੇ। ਬ੍ਰੇਕ ਤੋਂ ਬਾਅਦ